भाई रावण मजदूर है। राम दा कोई सीता दा कोई रावण दा कहने उत्थे बेकदरियां हुंदियां ने कि लगदा नहीं कि तुहानूं वाकई इस चीज़ नूं पहलां चकना चाहिए जिहड़ा हुण। मैं चेतावनी उन्हां लोकां नूं दे रहा जिहड़े जाण बुझ के बेदबी आ ਉਹ ਸਟੇਜ 'ਤੇ ਇੱਕ ਪਰਫੋਰਮ ਕਰਨਾ ਇੱਕ ਰੂਪ ਧਾਰਨ ਕਰਕੇ ਪਰਮਾਤਮਾ ਦਾ ਰੂਪ ਧਾਰਨ ਕਰਕੇ ਉਹਨਾਂ ਨੂੰ ਇਹ ਬਹੁਤ ਵੱਡੀ ਬੇਦ ਕਿਸੇ ਵਿਸ਼ੇ ਦੀ ਜਾਣਕਾਰੀ ਨਹੀਂ ਹੈਗੀ ਸਾਨੂੰ ਉਹ ਵਿਸ਼ੇ ਦੇ ਅੱਗੇ ਹੋ ਕੇ ਕੰਮ ਨਹੀਂ ਕਰਨਾ ਚਾਹੀਦਾ। ਕੱਲ੍ਹ ਜੀ ਨਿਰਪੱਖ ਪੋਸਟ ਦੇਖ ਰਹੇ ਹਾਂ ਤੁਸੀਂ, ਮੈਂ ਹਾਂ ਨੀਰਜ। ਸਾਰਿਆਂ ਨੂੰ ਪਤਾ ਹੀ ਜਿਸ ਤਰ੍ਹਾਂ ਕਿ ਦੀਵਾਲੀ ਅਤੇ ਦੁਸਹਿਰਾ ਨੇੜੇ ਆ ਰਿਹਾ ਵਾ, ਦੁਸਹਿਰੇ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਕਿ ਰਾਮਲੀਲਾ ਲੱਗਦੀਆਂ ਨੇ, ਝਾਕੀਆਂ ਵੀ ਕੱਢੀਆਂ ਜਾਂਦੀਆਂ ਨੇ, ਉਹਨੂੰ ਲੈ ਕੇ ਸਨਾਤਨ ਧਰਮ ਕਿਤੇ ਨਾ ਕਿਤੇ ਸਖ਼ਤ ਨਜ਼ਰ ਆ ਰਿਹਾ ਵਾ। ਸ਼ਿਵ ਸੈਨਾ ਵੀ ਇੱਥੇ ਸਖ਼ਤ ਨਜ਼ਰ ਆ ਰਹੀ ਆ, ਕਿਉਂਕਿ ਦੇਖਿਆ ਜਾਵੇ ਤਾਂ ਇਹਦੇ ਵਿੱਚ ਇਹਨਾਂ ਦਾ ਕਹਿਣਾ ਕਿ ਜਿਹੜੀਆਂ ਬੇਅਦਬੀਆਂ ਬਹੁਤ ਹੁੰਦੀਆਂ ਨੇ, ਬੇਕਦਰੀ ਬਹੁਤ ਹੁੰਦੀ ਆ ਸਾਡੇ ਈਸਟ ਦੀ, ਸਾਡੇ ਧਰਮ ਦੀ, ਕਿਉਂਕਿ ਇਹਦੇ ਵਿੱਚ ਦੇਖਿਆ ਜਾਂਦਾ ਤਾਂ ਕਿਤੇ ਨਾ ਕਿਤੇ ਜਿਹੜੇ ਪਾਰਟੀਸਪੇਟ ਕਰਨ ਵਾਲੇ ਹੁੰਦੇ ਨੇ, ਕੋਈ ਰਾਮ ਬਣਦਾ, ਕੋਈ ਲਕਸ਼ਮਣ ਬਣਦਾ, ਕੋਈ ਸੀਤਾ ਬਣਦਾ, ਕੋਈ ਰਾਵਣ ਦਾ ਰੂਪ ਕਰਕੇ ਜਿਹੜੀਆਂ ਝਾਕੀਆਂ ਕੱਢੀਆਂ ਜਾਂਦੀਆਂ ਨੇ ਜਾਂ ਰਾਮਲੀਲਾ ਖੇਡੀ ਜਾਂਦੀ ਆ, ਪਰ ਇਹਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਬੇਕਦਰੀ ਜ਼ਰੂਰ ਹੁੰਦੀ ਆ ਵੀ ਉਹ ਮਰਿਆਦਾ ਦੇ ਹਿਸਾਬ ਨਾਲ ਨਹੀਂ ਕਰਦੇ। ਹਰਕਿਰਤ ਖੁਰਾਣਾ ਜੀ ਸ਼ਿਵ ਸੈਨਾ ਤੋਂ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿ ਅੱਜ ਕਾਹਦੀ ਚੇਤਾਵਨੀ ਦੇਣ ਲੱਗੇ ਨੇ, ਜ਼ਰੂਰ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਧੰਨਵਾਦ ਜੀ। ਜੈ ਸ਼੍ਰੀ ਰਾਮ ਜੀ। ਸਵਾਗਤ ਕਰਦੇ ਹਾਂ ਤੁਹਾਡਾ। ਸਭ ਤੋਂ ਪਹਿਲਾਂ ਅੱਜ ਤੁਸੀਂ ਬੁਲਾਇਆ, ਮੀਡੀਆ ਨੂੰ ਇੱਥੇ ਬੁਲਾਇਆ, ਕਿਹੜੀ ਉਹ ਚੇਤਾਵਨੀ ਆ? ਕਿਉਂਕਿ ਦੇਖਿਆ ਜਾਵੇ ਤਾਂ ਦੁਸਹਿਰਾ ਨੇੜੇ ਆ ਰਿਹਾ, ਉਹਦੇ ਵਿੱਚ ਸਾਰਿਆਂ ਨੂੰ ਪਤਾ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਵੀ ਇਹ ਲੋਕ ਕਹਿੰਦੇ ਆ ਰਹੇ ਨੇ ਕਿ ਉਹਦੇ ਵਿੱਚ ਜਿਹੜੇ ਬਣਦੇ ਨੇ, ਕੋਈ ਭੋਲੇ ਸ਼ਿਵ ਸ਼ੰਕਰ ਬਣਦਾ ਰੂਪ ਧਾਰ ਲੈ ਲੈਂਦੇ ਨੇ, ਕੋਈ ਰਾਮ ਦਾ, ਕੋਈ ਸੀਤਾ ਦਾ, ਕੋਈ ਰਾਵਣ ਦਾ, ਕਹਿੰਦੇ ਉੱਥੇ ਬੇਕਦਰੀਆਂ ਹੁੰਦੀਆਂ ਨੇ ਕਿ ਲੱਗਦਾ ਨਹੀਂ ਵੀ ਤੁਹਾਨੂੰ ਵਾਕਈ ਇਸ ਚੀਜ਼ ਨੂੰ ਪਹਿਲਾਂ ਚੱਕਣਾ ਚਾਹੀਦਾ ਜਿਹੜਾ ਹੁਣ ਚੱਕਿਆ ਜਾ ਰਿਹਾ? ਦੇਖੋ ਜੀ, ਉਹੀ ਅਸੀਂ ਤੁਹਾਨੂੰ ਤਾਂ ਹੀ ਇਸ ਕਾਰਨ ਹੀ ਆਪਾਂ ਸਾਰਿਆਂ ਨੂੰ ਮੈਸੇਜ ਲਾਉਣ ਲੱਗੇ ਹਾਂ। ਸ਼ਿਵ ਸੈਨਾ ਹਿੰਦ ਸਿੱਖ ਸੰਗਤ ਵਿੰਗ ਵੱਲੋਂ ਵਕੀਲ ਸਾਹਿਬ ਵੀ ਬੈਠੇ ਆ, ਪੰਡਿਤ ਜੀ ਵੀ ਬੈਠੇ ਨੇ। ਦੇਖੋ ਅਸੀਂ ਇਹੀ ਗੱਲ ਕਹਿਣ ਲੱਗੇ ਹਾਂ, ਦੇਖੋ ਰੋਲ ਪਲੇ ਕਰਨਾ ਕੋਈ ਗੱਲ ਨਹੀਂ, ਚਲੋ ਠੀਕ ਹੈ ਆਪਾਂ ਰੋਲ ਪਲੇ ਜਿੱਦਾਂ ਮਰਜ਼ੀ ਕਰੋ, ਪਰ ਮਰਿਆਦਾ 'ਚ ਰਹਿ ਕੇ। ਐਤਕੀ ਜੇ ਕੋਈ ਅਸੀਂ ਬੇਦਬੀ ਹੁੰਦੀ ਜਾਂ ਕੋਈ ਵੀ ਠੇਸ ਪਹੁੰਚਦੀ ਹੈ, ਠੀਕ ਹੈ ਜੀ, ਕਿਸੇ ਧਰਮ ਨੂੰ ਠੇਸ ਪਹੁੰਚਦੀ ਹੈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਕਾਨੂੰਨ ਕਾਰਵਾਈਆਂ ਕਰਾਵਾਂਗੇ, ਪਰਚੇ ਦਰਜ ਕਰਾਵਾਂਗੇ। ਰੋਲ ਪਲੇ ਕਰਨਾ ਕਰੋ, ਕੋਈ ਗੱਲ ਨਹੀਂ, ਜਿੱਦਾਂ ਮਰਿਆਦਾ 'ਚ ਰਹਿ ਕੇ। ਉਸ ਤਰ੍ਹਾਂ ਆਪਾਂ ਕਹਿੰਦੇ ਇਹਨਾਂ ਨੂੰ, ਸਾਰਿਆਂ ਨੂੰ ਕਹਿ ਰਹੇ ਹਾਂ, ਖਾਸ ਕਰਕੇ ਮੈਂ ਚੇਤਾਵਨੀ ਦੇਣੀ ਚਾਹੁੰਦਾ ਜਿਹੜੇ ਬੇਦਬੀਆਂ, ਜਿਹੜੇ ਜਾਣ ਬੁੱਝ ਕੇ ਬੇਦਬੀਆਂ ਕਰਦੇ ਨੇ, ਅਸੀਂ ਉਹਨਾਂ ਨੂੰ ਚੇਤਾਵਨੀਆਂ ਦੇ ਰਹੇ ਹਾਂ ਵੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਹੁਣ ਬਖਸ਼ਣਾ ਨਹੀਂ ਸਾਨੂੰ, ਚਾਹੇ ਧਰਨੇ ਲਾਉਣੇ ਪੈਣ, ਜਿੱਦਾਂ ਮਰਜ਼ੀ ਕਰਨੇ ਪੈਣ, ਪਰ ਅਸੀਂ ਬੇਦਬੀਆਂ ਹੁੰਦੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ, ਪਰਚੇ ਦਰਜ ਕਰਾਵਾਂਗੇ। ਖੁਰਾਣਾ ਜੀ, ਤੁਸੀਂ ਬੇਅਦਬੀਆਂ ਨੂੰ ਕਿਸ ਤਰ੍ਹਾਂ, ਕਿਹੜੀ ਨਜ਼ਰ ਨਾਲ ਦੇਖਦੇ ਹੋ, ਕਿਸ ਤਰ੍ਹਾਂ 'ਚ ਬੇਅਦਬੀ ਹੁੰਦੀ ਆ? ਕਿਉਂਕਿ ਇਹ ਦੇਖਿਆ ਜਾਵੇ ਤਾਂ ਜਿਹੜੀ ਰਾਮਲੀਲਾ ਵਾ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ, ਕਰਦੇ ਵੀ ਪਏ ਨੇ, ਕੋਈ ਇਤਰਾਜ਼ ਵੀ ਨਹੀਂ ਕਰਦਾ, ਪਰ ਹੁਣ ਕੀ ਲੱਗਦਾ ਕਿ ਇਹਦੇ ਵਿੱਚ ਤੁਸੀਂ ਬੇਅਦਬੀ ਕੀ ਸਮਝਦੇ ਹੋ? ਕਿ ਉਹ ਨਸ਼ਾ ਕਰਕੇ ਕਰਦੇ ਨੇ ਜਾਂ ਉਹਨਾਂ ਨੂੰ ਇਹ ਜਿਹੜੇ ਰੂਪ ਆ ਨਹੀਂ ਧਾਰਨ ਚਾਹੀਦੇ, ਕਿਉਂਕਿ ਉਸ ਭਗਵਾਨ ਦੇ ਅਸੀਂ ਕਣ ਦੇ ਬਰਾਬਰ ਵੀ ਨਹੀਂ ਜਿਨ੍ਹਾਂ ਦਾ ਇਹ ਰੂਪ ਧਾਰ ਕੇ ਉਹ ਕਰਦੇ ਨੇ? ਕੀ ਲੱਗਦਾ ਕਿ ਉਸ ਦ੍ਰਿਸ਼ਟੀ ਤੋਂ ਤੁਸੀਂ ਕਹਿ ਰਹੇ ਹੋ? ਦੇਖੋ ਜੀ, ਵਸਤਰਾਂ ਦਾ ਵੀ ਧਿਆਨ ਰੱਖਿਆ ਜਾਵੇ, ਕਈ ਵਾਰੀ ਵਸਤਰਾਂ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ, ਵਸਤਰਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਵੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਵੀ ਕਿਸੇ ਦੇ, ਦੇਖੋ ਧਰਮ ਨੂੰ ਠੇਸ ਨਾ ਪਹੁੰਚੀ ਜਾਵੇ। ਅਸੀਂ ਖੁਦ ਦੇਖੋ, ਆਪ ਸ਼ਿਵ ਸੈਨਾ 'ਚ ਮੈਨੂੰ 15 ਸਾਲ ਹੋ ਗਏ ਜੀ ਸੇਵਾ ਕਰਦਿਆਂ ਨੂੰ, ਅਤੇ ਅਸੀਂ ਕਦੀ ਵੀ ਇਹੋ ਜਿਹਾ ਕਦੀ ਕੰਮ ਬਰਦਾਸ਼ਤ ਨਹੀਂ ਕੀਤਾ। ਔਰ ਮੈਂ ਬ੍ਰਾਹਮਣ ਸਮਾਜ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਉਹ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਵੀ ਕਿਤੇ ਵੀ ਇਹੋ ਜਿਹੀ ਉਹਨਾਂ ਨੂੰ ਗੱਲ ਨਜ਼ਰ ਆਉਂਦੀ ਹੈ ਅਤੇ ਸਾਨੂੰ ਜ਼ਰੂਰ ਸਾਡੇ ਨਾਲ ਕੰਟੈਕਟ ਕਰਨ, ਅਸੀਂ ਨਾਲ ਖੜ੍ਹੇ ਹਾਂ, ਅਸੀਂ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ, ਪਰ ਬੇਦਬੀ ਵਾਲਾ ਕੰਮ ਕਿਤੇ ਵੀ ਨਾ ਹੋਵੇ। ਰਾਮਲੀਲਾ ਦੀ ਗੱਲ ਕੀਤੀ ਆ, ਹੁਣ ਗਣੇਸ਼ ਚਤੁਰਥੀ ਵੀ ਆ ਰਹੀ ਆ ਔਰ ਗਣੇਸ਼ ਵਿਸਰਜਨ ਹੋਊਗਾ, ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਜਿਹੜੇ ਪ੍ਰਵਾਸੀ ਭਾਈਚਾਰੇ ਜਦੋਂ ਪੂਜਾ ਕਰਦੇ ਨੇ, ਉਸ ਤੋਂ ਬਾਅਦ ਟਾਟਾ 407 ਦੇ ਵਿੱਚ ਸਾਰੇ ਹੁੱਲੜਬਾਜ਼ੀ ਕਰਦੇ ਜਾਂਦੇ ਨੇ, ਕਈਆਂ ਦੀ ਸ਼ਰਾਬ ਪੀਤੀ ਹੁੰਦੀ ਆ, ਤੁਸੀਂ ਅਕਸਰ ਵੀਡੀਓ ਦੇਖੀ ਹੋਣੀ ਆ ਮੀਡੀਆ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ, ਕੋਈ ਸ਼ਰਾਬ ਪੀਤੀ ਹੋਈ ਆ, ਹੁੱਲੜਬਾਜ਼ੀ ਕਰਦੇ ਆ, ਫਿਰ ਕੀ ਉਹਨਾਂ 'ਤੇ ਵੀ ਇਹੀ ਐਕਸ਼ਨ ਹੋਊਗਾ? ਦੇਖੋ ਜੀ, ਅਸੀਂ ਸਾਡੀ ਕੋਈ ਵੀ ਨਜ਼ਰ 'ਚ ਇਹੋ ਜਿਹੀ ਕੋਈ ਗੱਲ ਆ ਗਈ ਨਾ, ਜਿੱਥੇ ਭਗਵਾਨ ਦੀ ਕੋਈ ਬੇਦਬੀ ਹੁੰਦੀ ਨਜ਼ਰ ਆ ਗਈ ਨਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਇਹੋ ਗੱਲ ਕੀਤੀ ਹੈ ਵੀ ਅਸੀਂ ਬੇਦਬੀ ਦਾ, ਅਸੀਂ ਬੇਦਬੀ ਨਹੀਂ ਹੋਣ ਦੇਣੀ, ਬਸ ਜਿੰਨੀ ਦੇਰ ਸਾਡੇ ਸਵਾਸ ਸਾਡੇ ਚੱਲਦੇ ਆ
साड़ी पूरियां टीमां खड़ियां, साडे नाल सारा साडे नाल समाज खड़ा है। असी बेदबी नहीं होण देने, कोई साडी चीज कोई साडी नज़र च आ गई असी कानूनी कार्रवाई करावांगे। लोग इस गल नूं हुण बेनती समझण कि चेतावनी समझण। देखो जी, मैं चेतावनी उन्होंने लोगों को दे रहा जिहड़े जाण बुझ के बेदबियां करते हैं। थोनों पता ही है शराबा पी के चढ़ जाते, जाण बुझ के बेदबियां करते हैं। आप थोनों भी पता ही है, तुसी भी जाने आने हो, असी बख्शांगे नहीं। और मैं प्रबंधक कमेटियां नूं एक बेनती करनी चाहना भी इन्हां चीज़ों का खास ध्यान रखन, क्योंकि उन्हां दा क्योंकि उपराले भी करवाउंदे ने बेचारे, चलो धर्म नाल भी जोड़दे ने, पर वो ध्यान रखन मंदिर कमेटियां वाले भी इन्हां चीज़ों पर ध्यान रखन। कितें कोई साडी सेवा की लोड़ है, सानू भी सेवा लाउण, असी भी जिथे साडी ड्यूटी लाणगे असी खड़ांगे उन्हां नाल। बिल्कुल, खुराना जी ने कहा कि यह चेतावनी है, तो उन्होंने कमेटी वाले साडी बेनती भी है भी इस चीज़ का खास ध्यान रखन, इनू बिल्कुल भी अंगोला ना किया जाए, जोड़ा भी काम आ मर्यादा के रह के किया जाए। तो उन्होंने दसिया कि जो धरने लाने पे तो धरने भी लावे, उन्होंने उत्ते मुकदमे भी दर्ज करावे। मुकदमे कि दर्ज होंगे ने, एडवोकेट अमित सू साडे नाल ने, सनातन धर्म के नाल लंबे समय तो जुड़े हुए ने, समाज सेवा भी करते हैं, पेशे तो वकील ने। गलबात करांगे भी कानूनी माहिर के तौर पर की कहे वकील जी, की अमित जी की कहना चाहोंगे कि ये तो की कार्रवाई बनती है, जिस तरह खुराना जी ने दसिया कि जे कोई बेअदबी करता जां कोई मर्यादा भंग करता तो उहदे ते की कारवाई बनती। देखो जी, 295 ए सी आर पी सी के अंदर उन्होंने मुकदमा दर्ज हो सकता है, सैक्शन 50 ए अंडर उन्होंने मुकदमा दर्ज हो सकता है, 13-367 एन डी पी एस के अंडर उन्होंने मुकदमा दर्ज हो सकता है, क्योंकि वो जी बेअदबी करते हैं शराबा पी के जो स्टेजा पर चढ़ते हैं, उस स्टेज पर एक परफॉर्म करना, एक रूप धारण करके परमात्मा का रूप धारण करके उन्होंने बहुत वड्डी बेअदबी है। तो इस चीज़ की मर्यादा हर एक बंदे नूं करनी चाहिए है, एक धर्म नूं आपां अगे लैके जाण दी बजाय अपने जिहड़ी न्यू जनरेशन आ रही है उन्हां ते की इफेक्ट पएगा, न्यू जनरेशन इहदे बारे की सोचेगी की समझेगी, उस चीज़ नूं समझना बहुत ज़्यादा जरूरी है। तो इस चीज़ लिए असी जिहड़े बंदे जाणबुझ के इदां दी बेअदबी कर रहे, असी उन्हां नूं खुल्लेआम चेतावनी दे रहे हैं कि फरदर अगर इदा की कोई भी न्यूसेंस सानू नज़र आएगी तो उस दे खिलाफ़ असी ओपनली परचा दर्ज करावांगे। अगर परचा दर्ज नहीं होया तो उन्होंने खिलाफ़ धरने भी लगनगे, जो भी कार्रवाई हो सकेगी असी एंड टू एंड तक जावांगे। की लगता है कि ये नाले भी लोग हुण सुधरनगे? डेफिनेटली सुधरना पऊगा, क्योंकि लंबे समय तो देखे जाए तो यह करते आ रहे इस तरह कि हुण थोड़े वालों पूरी चेतावनी भी आ, सख्त हदायत भी आ भी इस तरह नागदे कि थोड़े जिहड़े धर्म के लोग ने जां होर जिहड़े पंडित ने जिहड़े मतलब इस चीज़ का ज्ञान रखते हैं कि वो थोड़े नाल ने? देखो जी, सारा समाज साडे नाल है। सब तो पहला तो जिहड़े बंदे ये आयोजन करते हैं, सब तो पहला तो उन्होंने ध्यान रखने की आवश्यकता है। अगर वो खुद ध्यान रखे कि भी इदा की बेअदबी ना हो होने का कोई जरिया नहीं है। सैकेंडली, जिहड़े बंदे जाण बुझ के इदा की बेअदबी करते उन्हां लई फिर असी हैं, असी अपने अकॉर्डिंगली उन्होंने देख लवेंगे। बाकी सूचना जिहड़ी हैगी है, सूचना सानू जदों मिलेगी वो सूचना देनी है, वो समाज के समाज सेवकां ने ही देनी है, जिहड़े उत्थे लोकल तौर पर पंडित जिहड़े भी मंदिर के अंदर जिहड़े विराजमान है उन्होंने ही सानू इस तरह दीआं सूचनावां देनियां, जिहड़ियां सूचनावां देण लई वो बिल्कुल निसंकोच होकर सानू कॉन्टैक्ट करन, सानू दसन। वो अगे नहीं भी हो सकते तो सानू एक वीडियो दी उहदी जरूरत है, एविडेंस दी लोड़ है, जिहड़ी वो वीडियो एंड फोटोग्राफ जो भी होएगी उस दे अकॉर्डिंगली असी पूरी कार्रवाई करावांगे। इस तो इलावा की कहना चाहोगे भी जिवें देखा जाए तो लोग घर के मूर्ति आदि जो खंडित हो जाते कि बाहर रख देंगे पीपल थले, लैके की कहूँ? देखो, मैं सारे समाज में अपने धर्म के जिन्हें भी बंदे ठेकेदार है, मैं उन्होंने भी ये गल बेनती करना चाहूँगा कि भी एक आम बंदे नूं नहीं पता हुंदा कि भी जिहड़ी मूर्तियां खंडित हो जांदी उहनां की करना, तां उह लोक की करदे ने, उह मूर्तियां नूं लिजा के किसी भी पीपल दे थले रख दिंदे आ, जिस दी हर एक आंदे जांदे बंदे दे पैरां दे थले आंदी है उह मूर्तियां, क्योंकि उह पीपल दे थले जमीन दे नाल जदों रखी है तां परमात्मा नूं आपां जमीन ते रखता, जिहनूं आपां घर दे अंदर लगातार पूज रहे सीगे उहनां नूं जदों थोड़ा जिहा खंडित हो गई मूर्ति तां उत्ते लिया के आपां रखता, उह बहुत वड्डी बेअदबी है जिहड़ा कि लोगों नूं इस चीज़ बारे नहीं समझ आ रही या उन्हूं प्रॉपरली समझाया नहीं जा रहा। तो मैं धर्म के ठेकेदारां नूं ये जरूर एक बेनती करूँगा कि भी उन्हां नूं इस तरीके की गाइडलाइन दिती जाए कि भी जिद्दां वो मूर्ति का की करना उन्हां नूं समझाया जाए।
ਤਾਂ ਕਿ ਆਪਣੀ ਜਿਹੜੀ ਬੇਅਦਬੀ ਹੋ ਰਹੀ ਉਹ ਨਾ ਹੋਵੇ। ਧੰਨਵਾਦ ਜੀ। ਸੋ ਗੱਲਬਾਤ ਸਾਰੀ ਤੁਸੀਂ ਸੁਣੀ ਆ, ਪੰਡਿਤ ਸੰਦੀਪ ਸ਼ਰਮਾ ਜੀ ਵੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਧਰਮ ਦੇ ਤੌਰ 'ਤੇ, ਉਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਇਹਦੇ ਵਿੱਚ ਜਿਹੜੀ ਆ ਬੇਅਦਬੀ ਜਦੋਂ ਹੁੰਦੀ ਆ ਤਾਂ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਰਿਆਦਾ ਦੇ ਹਿਸਾਬ ਨਾਲ ਉਹ ਕੀਤੀਆਂ ਜਾਣ, ਕਿਉਂਕਿ ਰਾਮਲੀਲਾ ਵੀ ਆ ਲੋਕ ਕਰਦੇ ਨੇ ਅਤੇ ਬਾਕੀ ਜਿਹੜੀ ਮੂਰਤੀਆਂ ਖੰਡਿਤ ਹੋ ਜਾਂਦੀਆਂ ਨੇ ਉਹਨਾਂ ਨੂੰ ਕਿੱਥੇ ਸਾਂਭਿਆ ਜਾਵੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਜੈ ਸ਼੍ਰੀ ਰਾਮ ਜੀ। ਕੀ ਕਹਿਣਾ ਚਾਹੋਗੇ, ਗੱਲ ਤੁਸੀਂ ਸੁਣੀ ਆ, ਅਮਿਤ ਸੂਦ ਜੀ ਨੇ ਵੀ ਕਿਹਾ ਵਾ, ਹਰਕਿਰਤ ਜੀ ਨੇ ਵੀ ਕਿਹਾ ਵਾ, ਇੱਕ ਤਾਂ ਚੇਤਾਵਨੀ ਹੈ ਸਿੱਧੀ ਲੋਕਾਂ ਨੂੰ, ਦੂਜਾ ਜਿਹੜੀ ਬੇਅਦਬੀਆਂ ਹੁੰਦੀਆਂ ਨੇ ਜਾਂ ਜਿਹੜੀ ਮਰਿਆਦਾ ਤੋਂ ਬਾਹਰ ਹੋ ਕੇ ਜਿਹੜੇ ਕੰਮ ਹੁੰਦੇ ਆ, ਕੀ ਲੱਗਦਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ, ਕਿਸ ਤਰ੍ਹਾਂ ਕੀਤਾ ਜਾ ਸਕਦਾ, ਕਿਹੜੀਆਂ ਉਹ ਮਰਿਆਦਾ ਜਿਹਨੂੰ ਰੱਖ ਕੇ ਇਹ ਜੇ ਕਰਨਾ ਚਾਹੁਣ, ਰਾਮਲੀਲਾ ਖੇਡਣੀ ਚਾਹੁਣ ਤਾਂ ਖੇਡ ਸਕਦੇ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈ ਕਿ ਅਗਰ ਕਿਸੇ ਵਿਸ਼ੇ ਦੀ ਜਾਣਕਾਰੀ ਨਹੀਂ ਹੈਗੀ ਸਾਨੂੰ ਉਹ ਵਿਸ਼ੇ ਦੇ ਅੱਗੇ ਹੋ ਕੇ ਕੰਮ ਨਹੀਂ ਕਰਨਾ ਚਾਹੀਦਾ। ਅਗਰ ਅਸੀਂ ਸਾਡੀ ਰੁਚੀ ਹੈ ਮੰਨ ਲਓ ਉਹ ਕੰਮ ਕਰਨ ਦੀ, ਉਹਦੀ ਜਾਣਕਾਰੀ ਲਓ ਪ੍ਰੋਪਰ ਤਰੀਕੇ ਦੇ ਨਾਲ। ਅਸੀਂ ਜਾਣਕਾਰੀ ਵੀ ਨਹੀਂ ਲੈ ਰਹੇ ਅਤੇ ਆਪਣੇ ਮਨ ਮੁਤਾਬਿਕ ਉਹਨੂੰ ਜਿਵੇਂ ਵੀ ਚਾਹੀਦਾ ਉਹਨੂੰ ਦਿਖਾ ਕੇ ਪ੍ਰਸਤੁਤ ਕਰ ਰਹੇ ਨੇ, ਉਹ ਗਲਤ ਹੈ। ਗਲਤ ਮੈਸੇਜ ਸਮਾਜ ਦੇ ਵਿੱਚ ਜਾਂਦਾ, ਕਿਉਂਕਿ ਰਾਮਚਰਿਤ੍ਰ ਮਾਨਸ ਭਗਵਾਨ ਸ਼੍ਰੀ ਰਾਮ ਮਰਿਆਦਾ ਪੁਰਸ਼ੋਤਮ ਉਹਨਾਂ ਦੀ ਜਿਹੜੀ ਲੀਲਾਵਾਂ ਨੇ ਉਹਨਾਂ ਨੂੰ ਆਪਾਂ ਅਮਰਿਆਦਿਤ ਢੰਗ ਦੇ ਨਾਲ ਦਿਖਾਈਏ ਉਹ ਬਹੁਤ ਗਲਤ ਗੱਲ ਹੈ। ਪਿੱਛੇ ਅਸੀਂ ਦੇਖਦੇ ਆਏ ਫਿਲਮੀ ਗਾਣਿਆਂ 'ਤੇ ਡਾਂਸ ਹੋ ਰਿਹਾ ਜੀ, ਰਾਵਣ ਦਾ ਦਰਬਾਰ ਲਾਤਾ, ਉੱਥੇ ਸ਼ਰਾਬ ਦੀ ਐਕਟਿੰਗ ਕਰਦੇ ਪਏ, ਗਾਣੇ ਚੱਲਦੇ ਪਏ, ਇਹ ਗਲਤ ਹੈ। ਇਹ ਕਦੇ ਹੋਇਆ ਨਹੀਂ, ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਦਿਖਾਓ ਜਿਹੜੀ ਜੈਨੂਅਲ ਗੱਲ ਆ। ਦੂਜੀ ਗੱਲ ਜੀ, ਮੂਰਤੀਆਂ ਦੀ ਖੰਡਿਤ ਦੀ ਗੱਲ ਅਸੀਂ ਕਰ ਰਹੇ ਜੀ। ਮੂਰਤੀਆਂ ਖੰਡਿਤ ਦੇ ਬਾਰੇ ਕਾਫੀ ਸਮੇਂ ਤੋਂ ਬ੍ਰਾਹਮਣ ਸਮਾਜ ਦੀ ਮੀਟਿੰਗ ਚੱਲਦੀਆਂ ਨੇ, ਇੱਕਮਤ ਹੋ ਕੇ ਜਿਹੜਾ ਵੀ ਵਿਚਾਰ ਅਸੀਂ ਤੁਹਾਡੇ ਚੈਨਲ ਰਾਹੀਂ ਉਹ ਲੋਕਾਂ ਨੂੰ ਦੱਸ ਦਾਂਗੇ ਵੀ ਇਹਦਾ ਹੱਲ ਕੀ ਆ। ਵਰਤਮਾਨ ਦੇ ਵਿੱਚ ਤਾਂ ਅਸੀਂ ਇਹੀ ਕਹਾਂਗੇ ਕਿ ਬਈ ਪਹਿਲਾਂ ਤਾਂ ਘਰ ਦੇ ਵਿੱਚ ਮੂਰਤੀਆਂ ਜ਼ਿਆਦਾ ਨਾ ਰੱਖੋ, ਬਹੁਤ ਛੋਟੇ ਰੂਪ ਦੇ ਵਿੱਚ ਰੱਖਣਾ ਚਾਹੀਦਾ, ਕਿਉਂਕਿ ਨੇੜੇ ਸਾਡੇ ਮੰਦਰ ਬਣੇ ਹੋਏ ਨੇ ਜੀ। ਹੁਣ ਮੰਦਰਾਂ ਦੇ ਵਿੱਚ ਸਵੇਰੇ ਸ਼ਾਮ ਅਸੀਂ ਆਰਤੀ 'ਚ ਜਾਈਏ, ਬੱਚਿਆਂ ਨੂੰ ਲੈ ਕੇ ਜਾਈਏ, ਉਹ ਘਰ ਦੇ ਵਿੱਚ ਤਾਂ ਪਰਮਾਤਮਾ ਇਸ ਕਰਕੇ ਅਸੀਂ ਵਿਰਾਜਮਾਨ ਕਰਦੇ ਹਾਂ ਤਾਂ ਕਿ ਬਾਈ ਚਾਂਸ ਅਸੀਂ ਮੰਦਰ ਨਾ ਜਾ ਸਕੀਏ ਤਾਂ ਉੱਥੇ ਬੈਠ ਕੇ ਸਾਡਾ ਰੂਟੀਨ ਖਰਾਬ ਨਾ ਹੋਵੇ ਪਾਠ ਪੂਜਾ ਦਾ। ਅਤੇ ਉਸ ਤੋਂ ਬਾਅਦ ਅਸੀਂ ਬਹੁਤ ਸਾਰੇ ਦੇਵੀ ਦੇਵਤਾ ਇਕੱਠੇ ਕਰ ਲਈਏ ਅਤੇ ਪੀਪਲ ਦੇ ਕੋਲ ਰੱਖੀਏ ਜਾਂ ਨਹਿਰ ਦੇ ਕੰਢੇ ਰੱਖ ਦਈਏ, ਬਹੁਤ ਹੀ ਗਲਤ ਗੱਲ ਹੈ। ਗਣੇਸ਼ ਚਤੁਰਥੀ ਆ ਰਹੀ ਆ ਅਤੇ ਉਹਦੇ ਵਿੱਚ ਦੇਖਿਆ ਜਾਂਦਾ ਕਿ ਵਿਸਰਜਨ ਕੀਤਾ ਜਾਊਗਾ, ਜਿਹੜਾ ਪ੍ਰਵਾਸੀ ਭਾਈਚਾਰਾ ਉਹਨੂੰ ਬੜਾ ਧੂਮਧਾਮ ਨਾਲ ਮਨਾਉਂਦਾ, ਧੂਮਧਾਮ ਨਾਲ ਤਾਂ ਜਿਹੜਾ ਮਨਾਉਂਦਾ ਉਹਦੇ ਵਿੱਚ ਲੱਗਦਾ ਨਹੀਂ ਵੀ ਉਹ 'ਚ ਵੀ ਬੇਅਦਬੀ ਹੁੰਦੀ ਆ, ਕਿਤੇ ਨਾ ਕਿਤੇ ਸ਼ਰਾਬ ਪੀ ਕੇ ਟਾੜਾ ਚਾਰ ਸੱਤ ਦੇ ਸਾਰੇ ਚੜੇ ਹੁੰਦੇ ਆ, ਗਾਣੇ ਲੱਗੇ ਹੁੰਦੇ ਨੇ ਅਤੇ ਕੋਈ ਰੰਗ ਉਡਾ ਰਿਹਾ, ਕੋਈ ਕੁਛ ਕਰ ਰਿਹਾ ਵਾ, ਉਹਨੂੰ ਲੈ ਕੇ ਕੀ ਲੱਗਦਾ ਨਹੀਂ ਵੀ ਉਹ ਚੀਜ਼ਾਂ ਵੀ ਬੰਦ ਹੋਣੀਆਂ ਚਾਹੀਦੀਆਂ? ਦੇਖੋ ਜੀ, ਸਭ ਤੋਂ ਪਹਿਲਾਂ ਗੱਲ ਉਹੀ ਮਰਿਆਦਾ ਦੀ ਆਜੂਗੀ। ਅਗਰ ਤੁਹਾਨੂੰ ਨਹੀਂ ਪਤਾ, ਅਸੀਂ ਦੇਖਾ ਦੇਖ ਕੰਮ ਕਰਨ ਲੱਗ ਗਏ ਜੀ, ਗਣੇਸ਼ ਜੀ ਦਾ ਤੁਸੀਂ ਸਰੂਪ ਰੱਖ ਰਹੇ ਹੋ, ਵਧੀਆ ਗੱਲ ਹੈ। ਕਾਫੀ ਸਮੇਂ ਤੋਂ ਆ ਰਹੀ ਹੈ ਗੱਲ ਜੀ ਕਿ ਫਾਈਬਰ ਦੇ ਗਣੇਸ਼ ਜੀ ਨਾਲ ਰੱਖ ਕੇ ਅਸੀਂ ਮਿੱਟੀ 'ਤੇ ਰੱਖੀਏ, ਉਹ ਘੁਲਨਸ਼ੀਲ ਨੇ, ਫਾਈਬਰ ਵਾਲੇ ਜਿਹੜੇ ਹੈਗੇ ਘੁਲਨਸ਼ੀਲ ਨਹੀਂ ਹੈਗੇ, ਜਲ ਪ੍ਰਦੂਸ਼ਣ ਹੋ ਰਿਹਾ ਉਹਦੇ ਨਾਲ। ਫਿਰ ਉਸ ਤੋਂ ਬਾਅਦ ਜੇ ਘੁਲਦੇ ਨਹੀਂ ਹੈਗੇ ਅਤੇ ਕਿਸੇ ਦੀ ਬਾਂਹ ਟੁੱਟ ਗਈ, ਕੋਈ ਅੰਗ ਭੰਗ ਹੋ ਗਿਆ, ਉਹ ਬਹੁਤ ਦੇਖ ਕੇ ਸਾਡਾ ਹਿਰਦੇ ਨੂੰ ਠੇਸ ਪਹੁੰਚਦੀ ਹੈ। ਅਤੇ ਉਸ ਤੋਂ ਬਾਅਦ ਵਿਸਰਜਨ ਵੇਲੇ ਵੀ ਹੁੱਲੜਬਾਜ਼ੀ ਜਿਹੜੀ ਕਰਨੀ ਉਹ ਵੀ ਅਮਰਿਆਦਿਤ ਆ ਜੀ, ਕਿਉਂਕਿ ਅਸੀਂ ਪੁੰਨ ਦੀ ਜਗ੍ਹਾ ਅਸੀਂ ਪਾਪ ਕਮਾ ਰਹੇ ਹਾਂ ਜੀ, ਇਹ ਗੱਲ ਬਹੁਤ ਹੀ ਜ਼ਿਆਦਾ ਗਲਤ ਹੈ। ਆਯੋਜਕ ਜਾਂ ਇਹਦੇ ਵਿੱਚ ਜੋ ਵੀ ਬੰਦਾ ਪਾਰਟੀਸਪੇਟ ਕਰ ਰਿਹਾ, ਅਗਰ ਉਹ ਇਸ ਤਰੀਕੇ ਦੀ ਐਕਟੀਵਿਟੀ ਨੂੰ ਕਰ ਰਿਹਾ ਤਾਂ ਅਸੀਂ ਦੇਖੋ ਜੀ ਉਹਦੇ ਖਿਲਾਫ਼ ਕਾਰਵਾਈ ਜ਼ਰੂਰ ਜ਼ਰੂਰ ਕਰਾਵਾਂਗੇ। ਸਖ਼ਤ ਚੇਤਾਵਨੀ ਹੈ ਜੀ ਹੁਣ ਲੋਕ, ਇਹ ਚੇਤਾਵਨੀ ਜੀ 100% ਵਾਰਨਿੰਗ ਆ ਜੀ। ਅਤੇ ਹੋਰ ਮੈਂ ਜਿੰਨੇ ਵੀ ਪੰਜਾਬ ਦੇ ਸਨਾਤਨੀ ਆ ਉਹਨਾਂ ਨੂੰ ਇੱਕ ਗੱਲ ਕਹੂੰਗਾ ਜੀ, ਜਿੱਥੇ ਤੁਹਾਨੂੰ ਗਲਤ ਗੱਲ ਦਿਖਦੀ ਹੈ ਤੁਸੀਂ ਵਿਰੋਧ ਕਰੋ ਆਪਣੇ ਲੈਵਲ 'ਤੇ, ਅਗਰ ਨਹੀਂ ਕਰ ਸਕਦੇ ਤਾਂ ਕੋਈ ਐਵੀਡੈਂਸ ਸਾਨੂੰ ਭੇਜ ਦਿਓ। ਅੱਗੇ ਓਪੋਜ਼ਿਟ ਕਿਹੜੀ ਵੀ ਪਾਰਟੀ, ਕੋਈ ਵੀ ਸ਼ਕਤੀ, ਕੋਈ ਵਿਅਕਤੀ, ਐਕਸ ਵਾਈ ਜ਼ੈਡ ਕੋਈ ਵੀ ਹੋਵੇ, ਆਪਾਂ 100% ਛੱਡਾਂਗੇ ਨਹੀਂ ਉਹਨੂੰ ਇਸ ਵਾਰੀ। ਧੰਨਵਾਦ। ਸੋ ਇਹ ਸਨ ਸੰਦੀਪ ਸ਼ਰਮਾ ਜੀ, ਹਰਕਿਰਤ ਜੀ, ਹਰਕਿਰਤ ਖੁਰਾਨਾ ਜੀ ਅਤੇ ਅਮਿਤ ਸੂਦ ਜੀ, ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਇਹ ਸਖ਼ਤ ਚੇਤਾਵਨੀ ਹੈ ਸਾਡੀ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਜਿਹੜੇ ਭਗਵਾਨ ਦੀ ਬੇਅਦਬੀ ਕਰਦੇ ਨੇ, ਉਹਨਾਂ ਦੇ ਈਸਟ ਦੀ ਜਿਹੜੀ ਆ ਮਰਿਆਦਾ ਭੰਗ ਕਰਦੇ ਨੇ, ਉਹਨੂੰ ਕਿਤੇ ਨਾ ਕਿਤੇ ਇਸ ਵਾਰੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਸੋ ਉਹਨਾਂ ਨੇ ਦੱਸਿਆ ਕਿ ਪੰਡਿਤ ਜੀ ਨੇ ਜਿਸ ਤਰ੍ਹਾਂ ਕਿ ਜੇ ਕਿਸੇ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਤਾਂ ਉਹ ਸਾਡੇ ਨਾਲ ਗੱਲਬਾਤ ਕਰ ਸਕਦਾ, ਸਾਨੂੰ ਮੰਦਰਾਂ ਦੇ ਵਿੱਚ ਜਾ ਕੇ ਪੰਡਿਤ ਜੀ ਨੂੰ ਪੁੱਛ ਸਕਦਾ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਕੀਤਾ ਜਾਵੇ। ਪਰ ਕਿਤੇ ਨਾ ਕਿਤੇ ਲੋਕ ਲੱਗਦਾ ਕਿ ਸਮਝਣ ਨੂੰ ਤਿਆਰ ਨਹੀਂ, ਪਰ ਹੁਣ ਇੱਕ ਪਾਸੇ ਸਨਾਤਨ ਧਰਮ ਦੇ ਇਹ ਲੋਕ ਆ ਜਿਹੜੇ ਇਹ ਵੀ ਕਿਤੇ ਨਾ ਕਿਤੇ ਐਕਟਿਵ ਹੋਏ ਹੋਏ ਨੇ, ਪੂਰੇ ਐਕਸ਼ਨ ਦੇ ਮੂਡ ਦੇ ਵਿੱਚ ਨੇ ਵੀ ਜਿਹਨੇ ਵੀ ਇਸ ਵਾਰ ਕੋਈ ਗਲਤੀ ਕੀਤੀ ਤਾਂ ਉਹਨਾਂ ਦੇ ਉੱਤੇ ਮੁਕੱਦਮੇ ਜਿਹੜੇ ਆ ਜ਼ਰੂਰ ਦਰਜ ਕੀਤੇ ਜਾਣਗੇ। ਸੋ ਜਿਸ ਤਰ੍ਹਾਂ ਅਮਿਤ ਸੂਦ ਜਿਹੜੇ ਐਡਵੋਕੇਟ ਨੇ, ਉਹਨਾਂ ਨੇ ਦੱਸਿਆ ਕਿ ਕਿਹੜੀ ਕਿਹੜੀ ਧਾਰਾ ਦੇ ਮੁਤਾਬਕ ਜਿਹੜੇ ਆ ਮੁਕੱਦਮੇ ਹੋਣਗੇ। ਸੋ ਇਸ ਵਾਰ ਥੋੜ੍ਹਾ ਜਿਹਾ ਸੁਚੇਤ ਰਹਿਣ ਦੀ ਲੋੜ ਆ ਉਹ ਲੋਕਾਂ ਨੂੰ ਜਿਹੜੇ ਇਹ ਰਾਮਲੀਲਾ ਦੇ ਸਮੇਂ ਰਾਮਲੀਲਾ ਕਰਦੇ ਆ, ਰਾਮਲੀਲਾ ਕਮੇਟੀਆਂ ਨੂੰ ਅਤੇ ਹੋਰ ਲੋਕਾਂ ਨੂੰ
जिहड़े इस चीज़ में बड़ी श्रद्धा नाल तां करदे आ पर किते ना किते बेअदबीआं वल नूं मुड़दे जा रहे हैं। सो देखते हैं इस हुण अगे की कारवाई हुंदी आ, सो इत्ते की एक्शन हुंदे आ जिहड़े लोक काम करदे ने। सो बने रहो साडे नाल, कैमरा परसन बलबीर मंडी, नियंत्रक कुमार रिपोर्ट, निर्भक पोस्ट, लुधियाना।